ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸ਼ਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨਾ ਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਅੱਜ ਸਟੂਡੀਓ ਵਿੱਚ ਸਾਡੇ ਨਾਲ ਮੌਜੂਦ ਨੇ। ਆਓ ਨਾ ਮਿਲ ਕੇ ਅੱਜ ਦੇ ਮੇਨ ਟੌਪਿਕਸ ਉੱਪਰ ਵਿਚਾਰ ਚਰਚਾ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਜੀ ਕਾ ਕਾ ਖਾਲਸਾ, ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਫਤਿਹ। ਕੀ ਫਤਿਹ ਜੀ ਡਾਕਟਰ ਸਾਹਿਬ, ਤੁਹਾਡਾ ਨਿੱਘਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ, ਕਿ ਤੁਸੀਂ ਸਾਡੇ ਦਰਸ਼ਕਾਂ ਦੇ ਲਾਈਵ ਰੂਬਰੂ ਹੋਣ ਲੱਗੇ ਹੋ। ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 10 ਅਪ੍ਰੈਲ 2017 28 ਚੇਤਨਾਨੁਸ਼ਾਹੀ ਸੰਮਤ 549 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਜੇ ਤੁਸੀਂ ਹੱਕ, ਸੱਚ, ਇਨਸਾਫ਼ ਤੇ ਪਹਿਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸ਼ੀਅਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, ਰੋਕੂ, ਜਾਦੂ ਬਾਕਸ, ਫੇਸਬੁੱਕ, ਗਲੋਬਲ CPN ਦੀ ਐਪ ਰਾਹੀਂ, TV84 ਦੀ ਐਪ ਰਾਹੀਂ ਔਨਲਾਈਨ ਸਟ੍ਰੀਮਿੰਗ ਤੁਸੀਂ TV84 ਨੂੰ ਦੇਖ ਸਕਦੇ ਹੋ। ਜੀ ਡਾਕਟਰ ਸਾਹਿਬ, ਅਸੀਂ ਪਹਿਲਾਂ ਤਾਂ ਇਹ ਜਾਣਨਾ ਚਾਹਾਂਗੇ ਕਿ ਤੁਹਾਡਾ Washington DC ਦਾ ਸਫ਼ਰ ਕਿਸ ਤਰ੍ਹਾਂ ਰਿਹਾ। ਈਵਨ ਕਿ ਅਸੀਂ ਵੀ ਤੁਹਾਡੇ ਨਾਲ ਸੀ, ਪਰ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਦਰਸ਼ਕਾਂ ਨਾਲ ਆਪ ਹੀ ਸਾਂਝੇ ਪਾ ਦਿਓ। ਦੇਖੋ, ਪਿਛਲਾ ਹਫ਼ਤਾ ਬਹੁਤ ਅਹਿਮ ਸੀ, ਸਿਰਫ ਸਾਡੇ ਲਈ ਨਹੀਂ, Washington DC ਦੀਆਂ ਸਿੱਖ ਸੰਗਤਾਂ ਲਈ ਨਹੀਂ, ਕੁੱਲ ਦੁਨੀਆ ਭਰ 'ਚ ਬੈਠੇ 30 ਮਿਲੀਅਨ ਸਿੱਖਾਂ ਦੇ ਲਈ। ਔਰ ਜਿਹੜੀਆਂ ਉੱਪਰੋਂ ਥੱਲੀ ਹਾਂ ਪੱਖੀ ਪੇਸ਼ਕਦਮੀਆਂ ਹੋਈਆਂ, ਉਹਨਾਂ ਨੇ ਸਮੁੱਚੀ ਸਿੱਖ ਕੌਮ ਦੀਆਂ ਅੱਖਾਂ ਦੇ ਵਿੱਚ ਚਮਕ ਲਿਆਂਦੀ। ਈਵਨ ਭਾਰਤ ਦੇ ਨਕਸ਼ੇ ਦੀ ਕੈਦ ਵਿੱਚ ਬੈਠੇ ਸਿੱਖ ਜਿਹੜੇ ਨੇ, ਉਹਨਾਂ ਨੇ ਵੀ ਇੱਕ ਵਾਰ ਜਿਹੜੀ ਉਸ ਕਿਸਮ ਦੀ ਚਮਕ ਮਹਿਸੂਸ ਕੀਤੀ, ਉਸ ਕਿਸਮ ਦਾ ਮਾਣ ਮਹਿਸੂਸ ਕੀਤਾ। ਔਰ ਜਿਹੜੇ ਮੁਰਦੇ ਹਾਲ ਅਕਾਲੀ ਲੀਡਰਸ਼ਿਪ ਸਣੇ ਸ਼੍ਰੋਮਣੀ ਕਮੇਟੀ ਪ੍ਰਧਾਨ ਜਥੇਦਾਰ ਅਕਾਲ ਤਖ਼ਤ ਨਕਾਰੇ ਦੇ, ਜਿਵੇਂ ਉਹਨਾਂ ਨੇ ਵੀ ਖੁਸ਼ੀ ਦਾ ਇਜ਼ਹਾਰ ਕੀਤਾ, ਔਰ ਇਸ ਗੱਲ ਨੇ ਇੱਕ ਵਾਰ ਫਿਰ, ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਰੇ ਆਫ ਹੋਪ, ਆਸ ਦੀ ਕਿਰਨ। ਬਹੁਤ ਵਾਰ ਜਦੋਂ ਬਹੁਤ ਕੁਛ ਨਾ ਪੱਖੀ ਹੁੰਦਾ ਜਾਂਦਾ ਹੈ, ਦੁਸ਼ਮਣ ਇੰਨਾ ਕੁ ਤਾਕਤਵਰ ਔਰ ਮੀਡੀਆ ਦੀ ਤਾਕਤ ਦੇ ਨਾਲ ਇੱਕ ਪਾਸੇ ਸਿੱਖਾਂ ਨੂੰ ਇਸ ਕਿਸਮ ਦੀ ਗੁਨਾਹਗਾਰਤਾ ਦਾ ਅਹਿਸਾਸ ਕਰਵਾਇਆ ਗਿਆ ਹੋਏ, ਖਾਸ ਤੌਰ 'ਤੇ ਭਾਰਤ ਦੇ ਨਕਸ਼ੇ ਦੀ ਕੈਦ 'ਚ, ਕਿ ਜੋ ਕੁਛ ਤੁਹਾਡੇ ਨਾਲ ਹੋਇਆ ਇਹਦੇ ਲਈ ਤੁਸੀਂ ਜ਼ਿੰਮੇਵਾਰ ਹੋ, ਤੁਸੀਂ ਅੱਤਵਾਦ ਖੜਾ ਕੀਤਾ, ਤੁਸੀਂ ਖੁਦ ਪੰਗਾ ਲਿਆ, ਜਾਂ ਤੁਹਾਡੇ ਆਪਣੇ ਲੋਕ ਜਿਹੜੇ ਨੇ, ਫਿਰ ਉਸ ਕਿਸਮ ਦੇ ਪ੍ਰਚਾਰ 'ਚੋਂ ਇਹੀ ਕਿ ਜੀ ਅਸੀਂ ਕਿਉਂਕਿ ਚੰਗੇ ਸਿੱਖ ਨਹੀਂ ਹੈ, ਇਸ ਲਈ ਸਾਨੂੰ ਜਿਹੜਾ ਇਹ ਸਾਡੇ ਨਾਲ ਹੋ ਰਿਹਾ। ਔਰ ਬਹੁਤ ਸਾਰਿਆਂ ਦਾ ਜਿਹੜਾ ਇੱਕ ਸਮਝੌਤਾਕੁੰਨ ਰਵੱਈਆ ਕਿ ਜੀ ਇਹ ਬਹੁਤ ਤਾਕਤਵਰ ਦੁਸ਼ਮਣ ਹੈ ਔਰ ਇਹਦੇ ਸਾਹਮਣੇ ਤਾਂ ਖੰਘਣ ਨਹੀਂ ਦਿੰਦੇ ਕਿਸੇ ਨੂੰ। ਦੇਖ ਲਓ 170 ਮਿਲੀਅਨ ਮੁਸਲਮਾਨਾਂ ਦਾ ਕੀ ਹਾਲ ਕਰ ਦਿੱਤਾ, ਈਸਾਈਆਂ ਦਾ ਕੀ ਕਰ ਦਿੱਤਾ, ਔਰ ਉਹਨਾਂ ਦੇ ਪ੍ਰਚਾਰ ਦਾ ਕਿ ਜੀ ਭਾਰਤ ਇੰਨੀ ਵੱਡੀ ਸੁਪਰ ਪਾਵਰ ਬਣ ਰਿਹਾ, ਬਾਹਰਲੇ ਦੇਸ਼ ਜਿਹੜੇ ਨੇ ਉਹਨਾਂ ਨੇ ਜਿਹੜਾ ਹੈ ਉਹਨਾਂ ਦੇ ਨਾਲ ਵਪਾਰ ਕਰਨਾ ਹੈ, ਇਸ ਲਈ ਭਾਰਤ ਦਾ ਕੋਈ ਜਿਹੜਾ ਹੈ ਉਹ ਕੋਈ ਵੀ ਕੁਛ ਵਿਗਾੜ ਨਹੀਂ ਸਕਦਾ, ਭਾਰਤ ਦੇ ਖਿਲਾਫ਼ ਕੋਈ ਕਿਵੇਂ ਗੱਲ ਕਰ ਸਕਦਾ। ਔਰ ਇਸ ਸਾਰੇ 'ਚੋਂ ਔਰ ਬਹੁਤਿਆਂ ਦਾ, ਖਾਸ ਤੌਰ 'ਤੇ 32 ਸਾਲ ਪਹਿਲਾਂ ਜੋ June 84 November 84 ਦੇ ਵਿੱਚ ਜਿਵੇਂ ਘੱਲੂਘਾਰਿਆਂ ਦੀ ਦਾਸਤਾਨ ਬਹੁਤਿਆਂ ਦਾ ਕਿ ਜੀ ਹੁਣ ਭੁੱਲ ਜਾਓ, ਮੂਵ ਫੋਰਵਰਡ, ਅੱਗੇ ਨੂੰ ਤੁਰੋ, ਪਿੱਛੇ ਨੂੰ ਨਾ ਦੇਖੋ। ਸੋ ਮੈਂ ਸਮਝਦਾ ਵੀ ਇਹ ਜਿਹੜਾ ਪਿਛਲਾ ਸਾਰਾ ਹੀ ਹਫ਼ਤਾ ਸੀ, ਜਾਂ ਇਉਂ ਕਿਹਾ ਜਾਏ ਕਿ ਅਪ੍ਰੈਲ ਦੀ ਸ਼ੁਰੂਆਤ, ਅੱਜ ਅਸੀਂ 10 ਅਪ੍ਰੈਲ ਨੂੰ ਗੱਲਬਾਤ ਕਰ ਰਹੇ ਹਾਂ ਸਟੂਡੀਓ 'ਚੋਂ, ਪਹਿਲਾਂ ਤਾਂ ਮੈਂ ਦਰਸ਼ਕਾਂ ਦਾ, ਸ਼ਰੋਤਿਆਂ ਦਾ ਸ਼ੁਕਰੀਆ ਅਦਾ ਕਰਦਾ, ਹਾਲਾਂਕਿ ਸਕਾਈਪ ਦੇ ਉੱਤੇ ਮੇਰੀ ਤਸੱਲੀ ਨਹੀਂ ਹੁੰਦੀ, ਪਰ ਫਿਰ ਵੀ ਜਿਵੇਂ ਬਹੁਤ ਸਾਰੇ ਵੀਰਾਂ ਭੈਣਾਂ ਨੇ ਉਤਸ਼ਾਹ ਦੇ ਨਾਲ ਇਹ ਸਾਰੇ ਨੂੰ ਵੀ, ਭਾਵੇਂ ਉਹਦੇ 'ਚ
ਕੋਈ ਉਹ ਚਾਮ ਤਾਂ ਨਹੀਂ ਹੁੰਦਾ, ਲੇਕਿਨ ਉਹਨਾਂ ਨੇ ਐਪਰੀਸ਼ੀਏਟ ਵੀ ਕੀਤਾ ਜਾਂ ਕਰਦੇ ਨੇ ਕਿ ਅਸੀਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਨਾਂ ਦੇ ਰੂਬਰੂ ਰਹਿੰਦੇ। ਔਰ ਇਹ ਕਿਉਂਕਿ ਸਾਰੀਆਂ ਡਿਵੈਲਪਮੈਂਟ ਉਸ ਪੀਰੀਅਡ ਦੀਆਂ ਸੀ, ਹਾਲਾਂਕਿ ਜਾਣ ਤੋਂ ਪਹਿਲਾਂ ਜਿਹੜਾ ਲਾਸਟ ਪ੍ਰੋਗਰਾਮ ਅਸੀਂ ਕੀਤਾ ਸਟੂਡੀਓ ਦੇ ਵਿੱਚ, ਉਹਦੇ 'ਚ ਅਸੀਂ ਦੱਸਿਆ ਸੀ ਕਿ ਕਿਵੇਂ ਵਾਸ਼ਿੰਗਟਨ DC ਦੇ ਵਿੱਚ ਹਾਊਸ ਰੈਜ਼ੋਲਿਊਸ਼ਨ 189 ਜਿਹੜਾ ਉਹ ਪੇਸ਼ ਕੀਤਾ ਜਾਣਾ, ਔਰ ਉਸ ਦੇ ਅਸੀਂ ਵੇਰਵੇ ਵੀ ਡਿਸਕਸ ਕੀਤੇ ਸੀ। ਫਿਰ ਅਸੀਂ ਦੱਸਿਆ ਸੀ ਕਿ ਕਿਵੇਂ ਉਸੇ ਸ਼ਾਮ ਜਿਹੜਾ ਸਿੱਖਸ ਇਨ ਸਪੋਰਟਸ ਉਹਨਾਂ ਦੀ ਜਿਹੜੀ ਹੈ ਸੈਲੀਬ੍ਰੇਸ਼ਨ ਵਿਦ ਦਾ ਫਰੈਂਡਸ ਆਫ ਸਿੱਖ ਕੌਕਸ ਐਂਡ ਸਿੱਖ ਅਮੈਰੀਕਨ ਕਾਂਗਰੈਸ਼ਨਲ ਕੌਕਸ ਦਾ ਸਾਂਝਾ ਫੰਕਸ਼ਨ ਹੋਣਾ, ਔਰ ਉਸ ਤੋਂ ਬਾਅਦ ਜਿਹੜਾ ਜ਼ਾਹਰ ਹੈ ਵੀ ਗੱਲ ਪੈਰੇਡ ਤੱਕ ਸੀ, ਲੇਕਿਨ ਇਨ ਬਿਟਵੀਨ ਵੀ ਜਿਹੜੀਆਂ ਡਿਵੈਲਪਮੈਂਟਸ ਖਾਸ ਤੌਰ 'ਤੇ ਹੋਈਆਂ, ਸਟੇਟ ਆਫ ਐਲਬਰਟਾ ਨੇ April ਨੂੰ ਸਿੱਖ ਹੈਰੀਟੇਜ ਮੰਥ ਐਲਾਨਿਆ, ਫਿਰ ਅਸੀਂ ਦੇਖਦੇ ਹਾਂ ਕਿ ਇਹ ਸਾਰੇ 'ਚੋਂ ਜਿਹੜੀ ਇੱਕ ਵੱਡੀ ਪ੍ਰਾਪਤੀ ਯੂਨਾਈਟਿਡ ਨੇਸ਼ਨਸ ਦੇ ਲੈਵਲ ਦੇ ਉੱਤੇ ਜਿਵੇਂ ਡਾਕਟਰ ਇਕਦਾਰ ਕਰਾਮਤ ਚੀਮਾ ਦੇ ਯਤਨਾਂ ਸਦਕਾ ਜਿਹੜੇ ਫੇਥ ਬੇਸਡ UN ਦੀ ਇੱਕ ਬਾਡੀ ਬਣਾਈ ਹੈ ਜਿਹਨਾਂ ਨੇ ਇੱਕ ਡੈਕਲਾਰੇਸ਼ਨ ਦੇਣੀ ਸੀ, ਉਹਦੇ 'ਚ ਜਿਹੜਾ ਜਿੱਥੇ ਬਾਕੀ ਸਾਰੀਆਂ ਸਕ੍ਰਿਪਚਰਸ ਨੂੰ ਕੋਟ ਕੀਤਾ ਗਿਆ 18 points 18 ਨੁਕਤਿਆਂ ਵਾਲੀ ਉਹ ਡੈਕਲਾਰੇਸ਼ਨ, ਉਹਦੇ 'ਚ 3 ਥਾਂ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਕੋਟ ਕੀਤਾ ਗਿਆ ਅੱਡ ਅੱਡ ਜਿਹੜਾ ਉਹਨਾਂ ਹੈਡਿੰਗਸ ਦੇ ਥੱਲੇ, ਜਿਹਨਾਂ ਦੇ ਵਿੱਚ ਇੱਕ ਯੂਨੀਵਰਸਲ ਹਿਊਮਨ ਰਾਈਟਸ ਦੇ ਥੱਲੇ ਕੋਟ ਕੀਤਾ ਗਿਆ, ਜਿਹਨਾਂ ਦੇ ਵਿੱਚ ਬੜੀ ਸਪਸ਼ਟਤਾ ਦੇ ਨਾਲ ਹੁਣ ਹੁਕਮ ਹੋਆ ਮਿਹਰਬਾਨ ਦਾ ਪੈ ਕੋਏ ਨਾ ਕਿਸੇ ਰੰਝਾਣ ਦਾ, ਸਭ ਸੁਖਾਲੀ ਉੱਠੀ ਆਏ ਹੋਆ ਹਲੇਮੀ ਰਾਜ ਜੀਓ, ਗੁਰੂ ਅਰਜਨ ਸਾਹਿਬ ਦਾ ਕੋਟ ਇਹ ਦੱਸਣ ਦੇ ਲਈ ਕਿ ਦੁਨੀਆਂ ਦੇ ਵਿੱਚ ਜਦੋਂ ਤੱਕ ਕੋਈ ਕਿਸੇ ਦਾ ਹੱਕ ਖੋਏਗਾ ਫੇਥ ਬੇਸਡ ਧਰਮ 'ਚ ਯਕੀਨ ਰੱਖਣ ਵਾਲਾ ਆਰਾਮ ਨਾਲ ਨਹੀਂ ਬੈਠੇਗਾ। ਇਸੇ ਤਰ੍ਹਾਂ ਜਦੋਂ ਜੈਂਡਰ ਇਕੁਆਲਿਟੀ ਔਰਤਾਂ ਦੇ ਖਿਲਾਫ ਜ਼ੁਲਮਾਂ ਦੀ ਜਾਂ ਜ਼ਿਆਦਤੀਆਂ ਦੀ ਗੱਲ ਹੋਈ, ਉਸ 'ਚ ਵੀ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ, ਗੁਰੂ ਨਾਨਕ ਸਾਹਿਬ ਦਾ ਫਰਮਾਨ ਜਿਹੜਾ ਅਕਸਰ ਅਸੀਂ ਜਿਹੜਾ ਭੰਡ ਜੰਮੀ ਹੈ ਭੰਡ ਨਮੀ ਹੈ ਨਿੰਮੀ ਹੈ ਭੰਡ ਮੰਗਣ ਵਿਆਹੋ ਇਹ ਕੋਟ ਕਰਦੇ, ਇਸ ਦੀ ਉਹਨਾਂ ਨੇ ਇੱਕ ਅੰਗਰੇਜ਼ੀ ਜਿਹੜੀ ਹੈ ਕੋਟ ਉਹ ਉਹਨਾਂ ਨੇ ਦਿੱਤੀ। ਔਰ ਇਸ ਸਾਰੇ ਦੇ ਨਾਲ ਜਿਹੜਾ ਖਾਸ ਤੌਰ 'ਤੇ ਕਿ ਜਿਹੜਾ ਰੱਬ ਦੇ ਵਿੱਚ ਯਕੀਨ ਰੱਖਣ ਵਾਲਾ ਬੰਦਾ ਉਹ ਕਿਵੇਂ ਹਰ ਇੱਕ ਨੂੰ ਸਮਾਨਤਾ ਦੇ ਨਾਲ ਦੇਖਦਾ, ਉਹ ਕਿਸੇ ਨਾਲ ਨਫ਼ਰਤ ਨਹੀਂ ਕਰਦਾ, ਜਿਵੇਂ ਸੂਰਜ ਔਰ ਹਵਾ, ਸੂਰਜ ਸਭ ਨੂੰ ਆਪਣੀ ਗਰਮਾਇਸ਼ ਦਿੰਦਾ ਹੈ ਰੋਸ਼ਨੀ ਦਿੰਦਾ ਹੈ, ਹਵਾ ਹਰ ਇੱਕ ਨੂੰ ਜਿਹੜਾ ਹੈ, ਔਰ ਉਹਦੇ 'ਚ ਵੀ ਫਿਰ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸੁਖਮਣੀ ਸਾਹਿਬ 'ਚੋਂ ਜਿਹੜਾ ਕੋਟ ਕੀਤਾ ਕਿ ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੌ ਸੋਖ, ਔਰ ਇਹ ਸਾਰੇ ਨੂੰ ਅਸੀਂ ਗੱਲ ਕੀਤੀ ਸੀ। ਸੋ ਅੱਜ ਵੀ ਮੈਂ ਟੱਚ ਬੇਸ ਇਸ ਲਈ ਕਰ ਰਿਹਾ ਕਿ ਇਹ ਵੀ ਆਪਣੇ ਆਪ ਦੇ ਵਿੱਚ ਜਦੋਂ ਅਸੀਂ ਦੁਨੀਆਂ ਦੇ ਵਿੱਚ ਰੈਕਗਨੀਸ਼ਨ ਦੀ ਗੱਲ ਕਰਦੇ ਕਿ ਇੱਕ ਪਾਸੇ ਉਹ ਦੁਸ਼ਮਣ, ਔਰ ਖਾਲਸਾ ਸਾਜਨਾ ਦਿਵਸ ਇਸ ਵਾਰ ਦੇ ਜਦੋਂ ਅਸੀਂ 318 ਯਾਦ ਖਾਲਸਾ ਸਾਜਨਾ ਦਿਵਸ ਦੀ ਮਨਾ ਰਹੇ, ਤੇ ਫਿਰ ਸਾਡੀਆਂ ਅੱਖਾਂ ਸਾਹਮਣੇ, ਮਨ ਦੀਆਂ ਅੱਖਾਂ ਸਾਹਮਣੇ ਪਿਛਲੀਆਂ 3 ਸਦੀਆਂ ਘੁੰਮ ਜਾਂਦੀਆਂ ਨੇ ਕਿ ਕਿਵੇਂ ਦੁਸ਼ਮਣ ਨੇ ਕੀ ਨਹੀਂ ਕੀਤਾ। ਉਹ 1710 ਦੇ ਵਿੱਚ ਪਹਿਲੀ ਪ੍ਰੋਕਲੇਮੇਸ਼ਨ ਹੋਏ ਦਿੱਲੀ ਦੇ ਵਿੱਚ ਬਹਾਦਰ ਸ਼ਾਹ ਦੀ, ਔਰੰਗਜ਼ੇਬ ਦੇ ਪੁੱਤਰ ਦੀ, ਕਿ ਵੀ ਹਰ ਨਾਨਕ ਪ੍ਰਸਤ ਨੂੰ ਮਾਰ ਦਿਓ, ਉੱਥੋਂ ਸ਼ੁਰੂਆਤ ਅਸੀਂ ਦੇਖਦੇ ਹਾਂ। ਫਿਰ ਘੱਲੂਘਾਰਿਆਂ ਦੀ ਦਾਸਤਾਨ ਹੋਏ, ਸਿਰਾਂ ਦੇ ਮੁੱਲ ਰੱਖਣ ਦੀ ਗੱਲ ਹੋਏ, ਕਿਵੇਂ ਜਿਉਂਦਾ ਸਿੱਖ ਵੱਡੇ ਦਾ ਸਿਰ ਵੱਡਿਆ ਦੀ ਕੀ ਕੀਮਤ ਹੈ, ਉਸ ਦੀ
ਸੂ ਦੇਣ ਵਾਲੇ ਦੀ ਕੀ ਕੀਮਤ ਹੈ, ਉਹਨੂੰ ਕੀ ਕੀਮਤ ਅਦਾ ਕੀਤੀ ਜਾਏਗੀ। ਪੂਰੀ ਇੱਕ ਸਦੀ ਘੋੜਿਆਂ ਦੀਆਂ ਕਾਠੀਆਂ ਨੂੰ ਆਪਣੇ ਘਰ ਬਣਾਉਣ ਵਾਲੀ ਕੌਮ ਉਸ ਵੈਲੀ ਆਫ ਡੈਥ, ਜਿਹੜੀ ਮੌਤ ਦੀ ਘਾਟੀ ਸੀ, ਉਸ 'ਚੋਂ ਕਿਵੇਂ ਕੁੰਦਨ ਹੋ ਕੇ ਨਿਕਲੀ, ਔਰ ਉਸ ਸਾਰੇ ਇੱਕ ਸਦੀ ਦੇ ਉਸ ਦੌਰੇ ਦੇ ਵਿੱਚ ਜ਼ੁਲਮਾਂ ਦੇ ਬਾਵਜੂਦ ਜਿਹੜਾ ਇਹ ਫੇਥ ਸੀ ਜਿਹੜਾ ਰੈਵਰਬੇਟ ਕਰਦਾ ਸੀ ਸਾਰੀ ਫਿਜ਼ਾ ਦੇ ਵਿੱਚ, ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ, ਜਿਉਂ ਜਿਉਂ ਮੰਨੂ ਵੱਢਦਾ ਅਸੀਂ ਦੂਣ ਸਵਾਏ ਹੋਏ, ਇਹ ਕਿਹੋ ਜਿਹਾ ਫੇਥ ਹੈ ਕਿ ਜਿਸ ਦੇ ਵਿੱਚ ਤੁਹਾਡੇ ਕੋਲ ਖਾਣ ਨੂੰ ਕੁਛ ਨਹੀਂ ਹੈ, ਸਿਰ ਲੁਕਾਉਣ ਨੂੰ ਥਾਂ ਨਹੀਂ ਹੈ, ਪੱਤਾ ਤੁਹਾਡਾ ਵੈਰੀ ਹੈ, ਅਤੇ ਤੁਸੀਂ ਜਿਹੜਾ ਉਹ ਬੁਲੰਦ ਆਵਾਜ਼ ਦੇ ਵਿੱਚ ਉਹਨਾਂ ਜੰਗਲਾਂ ਦੇ ਵਿੱਚ ਪੱਤੇ ਖਾਂਦੇ ਹਾਂ, ਜਾਨਵਰਾਂ ਦੇ ਨਾਲ ਲੜਦੇ ਹਾਂ, ਦੁਸ਼ਮਣ ਦੇ ਨਾਲ ਜਿਹੜਾ ਉਸ ਦਾ ਟਰੈਕ ਰੱਖਦੇ ਹਾਂ, ਤੁਸੀਂ ਪੜ੍ਹ ਰਹੇ ਹੋ, ਤੁਸੀਂ ਗਾ ਰਹੇ ਹੋ ਕਿ ਹਮ ਪਾਤਸ਼ਾਹੀ ਸਤਿਗੁਰ ਦੇਈ ਹੰਨੇ ਹੱਲੇ ਲਾਏ, ਜੈ ਜੈ ਬਹਿ ਜ਼ਮੀਨ ਮਾਲ ਤਹਿ ਤਹਿ ਤਖ਼ਤ ਬਣਾਏ, ਕਿ ਸਾਨੂੰ ਪਾਤਸ਼ਾਹਤ ਜਿਹੜੀ ਹੈ ਉਹ ਦਸਵੇਂ ਪਾਤਸ਼ਾਹ ਨੇ ਦਿੱਤੀ ਹੋਈ ਹੈ। ਅਤੇ ਫਿਰ ਉਹਨਾਂ ਸਾਰੇ ਘੱਲੂਘਾਰਿਆਂ ਦੇ ਦੌਰਿਆਂ 'ਚੋਂ, ਉਹਨਾਂ ਮੁਸੀਬਤਾਂ 'ਚੋਂ ਇੱਕ ਸਦੀ ਗੁਜ਼ਰਨ ਤੋਂ ਬਾਅਦ ਜੇ ਸਤਿਗੁਰੂ ਦੀ ਰਹਿਮਤ ਦੇ ਨਾਲ ਰਾਜ ਭਾਗ ਆਉਂਦਾ, ਤਾਂ ਫਿਰ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਾਰਟ ਟਰਮ ਰਾਜ ਭਾਗ ਦੇ ਵੇਲੇ ਜਿਹੜਾ ਖਾਲਸਾਈ ਸਿੱਕਾ ਸੀ ਜਾਂ ਜਿਹੜੀ ਇਬਾਰਤ ਰੋਇਲ ਸਟੈਂਪ ਦੇ ਉੱਤੇ ਸੀ, ਉਹੀ 1799 'ਚ ਮਹਾਰਾਜਾ ਰਣਜੀਤ ਸਿੰਘ ਦੇ ਜਿਹੜਾ ਉਹ ਸਰਕਾਰੇ ਖਾਲਸਾ ਦੀ ਵੀ ਹੁੰਦੀ ਹੈ ਕਿ ਦੇਗੋ ਤੇਗੋ ਫਤਿਹ ਹੋ ਨੁਸਰਤ ਬੇਦਰੰਗ ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ। ਕਿਸ ਕਦਰ ਫੇਥ ਹੈ ਕਿ ਉਸ ਸਾਰੇ 'ਚੋਂ ਇਹ ਨਹੀਂ ਹੈ ਜੇ ਦਸਵੇਂ ਪਾਤਸ਼ਾਹ ਨੇ ਭੰਗਾਣੀ ਦੇ ਯੁੱਧ ਦੀ ਜਿੱਤ ਦੀ ਭੰਗਾਣੀ ਦੀ ਲੜਾਈ ਦੀ ਜਿੱਤ ਤੋਂ ਬਾਅਦ ਫਰਮਾਇਆ ਸੀ ਕਿ ਜੀਤ ਭਈ ਮੇਰੀ ਕਿਰਪਾ ਕਾਲ ਕੇਰੀ, ਕਿ ਇਹ ਜਿੱਤ ਮੇਰੀ ਨਹੀਂ ਹੈ, ਹੇ ਵਾਹਿਗੁਰੂ ਤੇਰੀ ਹੈ। ਅਤੇ ਉਸ ਇੱਕ ਸਦੀ ਦੇ ਉਸ ਸ਼ਾਰਟ ਰਾਜ ਭਾਗ ਦੇ ਆਉਣ ਜਾਣ ਤੋਂ ਲੈ ਕੇ ਫਿਰ ਘੱਲੂਘਾਰਿਆਂ ਤੋਂ ਬਾਅਦ ਜੇ ਕੁਛ ਮਿਲਦਾ ਤਾਂ ਫਿਰ ਖਾਲਸਾ ਜਿਹੜਾ ਉਸੇ ਸਪਿਰਿਟ ਦੇ ਨਾਲ, ਜਿਹੜੀ ਖਾਲਸੇ ਦੀ ਗ੍ਰੀਟਿੰਗ ਹੈ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਕਿ ਵਾਹਿਗੁਰੂ ਦੀ ਬਖਸ਼ਿਸ਼ ਦੇ ਨਾਲ ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਪਰਮਾਤਮਾ ਦੀ ਮੌਜ ਦੇ ਵਿੱਚ ਖਾਲਸਾ ਪ੍ਰਗਟ ਹੋਇਆ, ਔਰ ਜਿਹੜੀ ਵੀ ਵਿਕਟਰੀ ਹੈ, ਜਿਹੜੀ ਵੀ ਜਿੱਤ ਹੈ, ਉਹ ਵਾਹਿਗੁਰੂ ਜੀ ਕੀ ਫਤਿਹ, ਉਹ ਵਿਕਟਰੀ ਵਾਹਿਗੁਰੂ ਦੀ ਹੈ, ਉਹ ਨਿਰੰਕਾਰ ਦੀ ਹੈ। ਔਰ ਉਸ ਵਿਕਟਰੀ 'ਚੋਂ ਜਦੋਂ ਕੁਛ ਜਿਹੜਾ ਹਾਸਲ ਹੁੰਦਾ ਤਾਂ ਉਸ ਦੇ ਵਿੱਚ ਵੀ ਇਹ ਹੈ ਕਿ ਭਾਈ ਇਹ ਦੇਗ ਤੇਗ ਫਤਿਹ ਔਰ ਅਤੁੱਟ ਬਖਸ਼ਿਸ਼ਾਂ ਸਾਨੂੰ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਦਿੱਤੀਆਂ। ਹੁਣ ਇਹ ਹੈ ਜਿੱਥੇ ਸ਼ੁਕਰਾਨਾ ਹੈ, ਜਿੱਥੇ ਫੇਥ ਹੈ, ਔਰ ਇਹ ਗੱਲ ਮੈਂ ਅਕਸਰ ਦੁਹਰਾਉਂਦਾ ਕਿ ਸਾਡਾ ਸਭ ਤੋਂ ਸਟਰੋਂਗਰ ਵੈਪਨ ਜਿਹੜਾ ਬੀਤੇ 'ਚ ਰਿਹਾ ਔਰ ਅੱਜ ਵੀ ਹੈ ਜਾਂ ਹੋਣਾ ਚਾਹੀਦਾ, ਜੇ ਨਹੀਂ ਹੈ ਤਾਂ, ਉਹ ਫੇਥ ਹੈ, ਵਿਸ਼ਵਾਸ ਹੈ। ਹੁਣ ਕਈ ਵਾਰ ਬੇਸ਼ੱਕ ਉਹ ਆਮ ਲੋਕਧਾਰਾ ਦੀਆਂ ਗੱਲਾਂ ਹੁੰਦੀਆਂ ਨੇ, ਪਰ ਉਹਨਾਂ ਦੇ ਵਿੱਚ ਬਹੁਤ ਕੁਛ ਜਿਹੜਾ ਉਹ ਜੁੜਿਆ ਹੁੰਦਾ। ਅਸੀਂ ਜਦੋਂ ਅਰਦਾਸ ਗੁਰੂ ਤੋਂ ਮੰਗਦੇ ਤਾਂ ਅਸੀਂ ਕੀ ਮੰਗਦੇ? ਰੋਜ਼ਾਨਾ ਦੋ ਵੇੜੇ ਸਿੱਖਾਂ ਨੂੰ ਸਿੱਖੀ ਦਾਨ, ਗਿਫਟ, ਕਿ ਗਿਫਟ ਆਫ ਦਾ ਸਿੱਖੀ, ਕਿ ਜਦੋਂ ਉਹ ਗਿਫਟ ਆ ਜਾਂਦੀ ਹੈ, ਕੇਸ ਦਾਨ। ਹੁਣ ਇਹ ਕੇਸ ਉਹ ਕਿਲ੍ਹਾ ਨੇ ਜਿਸ ਕਿਲ੍ਹੇ ਦੇ ਵਿੱਚ ਸਿੱਖ ਮਹਿਫੂਜ਼ ਹੈ। ਜਿੰਨੀ ਦੇਰ ਕੋਈ ਕਿਲ੍ਹੇ ਦੇ ਵਿੱਚ ਹੁੰਦਾ, ਦੁਸ਼ਮਣ ਕੀ ਕਰਦਾ ਸੀ? ਕਿਲ੍ਹੇ ਨੂੰ ਘੇਰਦਾ ਸੀ, ਕਿਲ੍ਹੇ ਦੇ ਉੱਤੇ ਫਾਇਰਿੰਗ ਕਰ ਹੁੰਦੀਆਂ ਨੇ, ਔਰ ਉਹਦਾ ਯਤਨ ਹੁੰਦਾ ਕਿ ਕਿਲ੍ਹੇ 'ਚੋਂ ਬਾਹਰ ਆ ਜਾਓ। ਜਦੋਂ ਤੁਸੀਂ ਬਾਹਰ ਆ ਜਾਂਦੇ ਹੋ ਫਿਰ ਤੁਸੀਂ ਸਿਟਿੰਗ ਡਕਸ ਹੁੰਦੇ ਹੋ, ਫਿਰ ਫਾਇਰਿੰਗ ਚਾਰਜ, ਫਿਰ ਜਦੋਂ ਤੱਕ ਤੁਸੀਂ ਕਿਲ੍ਹੇ 'ਚੋਂ ਤੁਸੀਂ ਮਹਿਫੂਜ਼ ਹੋ।
ਜੇ ਦਸਵੇਂ ਪਾਤਸ਼ਾਹ ਨੇ 1699 ਈਸਵੀ ਦੀ 1756 ਬਿਕਰਮੀ ਦੀ ਵਿਸਾਖੀ ਨੂੰ ਖਾਲਸਾ ਸਾਜਿਆ ਅਤੇ ਜਿਸ ਧਰਤੀ ਦੇ ਉੱਤੇ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਓਟ ਦੇ ਵਿੱਚ ਉਹ ਜਲਵਾਗਰ ਹੁੰਦਾ ਖਾਲਸੇ ਦਾ ਪੰਜ ਕਕਾਰੀ ਪੰਜ ਪਿਆਰਿਆਂ ਦਾ ਰੂਪ ਅਤੇ ਉਸ ਥਾਂ ਦਾ ਨਾਂ ਹੀ ਜਿਹੜਾ ਉਹ ਕੇਸਗੜ੍ਹ ਹੈ, ਕੇਸਾਂ ਦਾ ਕਿਲ੍ਹਾ, ਕਿ ਉਸ ਕਿਲ੍ਹੇ ਦੇ ਵਿੱਚ ਸਿੱਖ ਮਹਿਫੂਜ਼ ਨੇ। ਔਰ ਇਸ ਪ੍ਰਥਾਏ ਭਾਈ ਨੰਦ ਲਾਲ ਉਹਨਾਂ ਦਾ ਰਹਿਤਨਾਮਾ ਸਾਨੂੰ ਯਾਦ ਕਰਵਾਉਂਦਾ ਕਿ ਨਿਸ਼ਾਨੇ ਸਿੱਖੀ ਈ ਪੰਜ ਹਰਫ ਕਾਫ ਹਰਗਿਜ਼ ਨਾ ਬਾਦਸ਼ਾਹ ਦੀ ਪੰਜ ਮੁਆਫ ਕੜਾ ਕਾਰਦ ਕੱਛ ਕੰਘਾ ਬਿਦਾਂ ਬਿਨਾਂ ਕੇਸ ਹੇ ਚਸਤ ਜੁਮਲਾ ਨਿਸ਼ਾਂ। ਕਿ ਪੰਜ ਕੱਕੇ ਜਿਹੜੇ ਕਕਾਰ ਨੇ ਸਾਡੇ ਉਹ ਕੱਕੇ ਨਾਲ ਹੀ ਸ਼ੁਰੂ ਹੁੰਦੇ, ਨਿਸ਼ਾਨੇ ਸਿੱਖੀ ਈ ਪੰਜ ਹਰਫ ਕਾਫ, ਕਿ ਸਿੱਖੀ ਦੀ ਨਿਸ਼ਾਨ ਸਿੱਖੀ ਦੀ ਸਟੈਂਪ ਸਿੱਖੀ ਦੀ ਪਛਾਣ ਪੰਜ ਕਕਾਰ ਨੇ ਕੱਕੇ ਨਾਲ ਸ਼ੁਰੂ ਹੋਣ ਵਾਲੇ। ਔਰ ਇਹ ਕਦੇ ਵੀ ਇਹਨਾਂ ਤੋਂ ਮੁਆਫ ਹਰਗਿਜ਼ ਨਾ ਬਾਦਸ਼ਾਹ ਦੀ ਪੰਜ ਮੁਆਫ, ਔਰ ਕੜਾ ਕਾਰਦ ਕੱਛ ਕੰਘਾ ਬਿਦਾਂ ਇਹ ਚਾਰ ਜਿਹੜੇ ਨੇ ਕੜਾ ਕਿਰਪਾਨ ਕਛਹਿਰਾ ਕੰਘਾ ਵੀ ਇਹ ਚਾਰ ਬਿਨਾਂ ਕੇਸ ਹੇ ਚਸਤ ਜੁਮਲਾ ਨਿਸ਼ਾਂ, ਕਿ ਸਭ ਤੋਂ ਅਹਿਮ ਕੇਸ ਨੇ। ਜੇ ਕੇਸ ਨਹੀਂ ਨੇ ਚਾਰ ਤੁਹਾਡੇ ਕੋਲ ਹੋਣ ਵੀ ਦੂਜੇ ਤਾਂ ਉਹ ਹੇ ਚਸਤ ਉਹਦਾ ਕੋਈ ਮਤਲਬ ਨਹੀਂ ਹੈ। ਸੋ ਇਹ ਕੇਸਾਂ ਦਾ ਕਿਲ੍ਹਾ, ਕੇਸਾਂ ਦੀ ਦੇ ਗੜ੍ਹ ਦੇ ਵਿੱਚ ਸਿੱਖ ਬੈਠਾ ਹੋਇਆ, ਬੜੀ ਅਹਿਮੀਅਤ ਰੱਖਦਾ ਹੈ। ਔਰ ਅਸੀਂ ਇਹ ਸਮਝਦੇ ਹਾਂ ਕਿ ਜਦੋਂ ਅਸੀਂ ਇਹਨਾਂ ਦਿਨਾਂ ਨੂੰ ਮਨਾਉਂਦੇ ਹਾਂ ਪੋਲੀਟੀਕਲੀ ਅਸੀਂ ਆਪਣੇ ਗੋਲ ਤੱਕ ਸਤਿਗੁਰੂ ਦੀ ਬਖਸ਼ਿਸ਼ ਨਾਲ ਜਾਵਾਂਗੇ, ਪਰ ਇਹ ਵੈਲਿਊਜ਼, ਮੈਨੂੰ ਇਸ ਗੱਲ ਦਾ ਦੁੱਖ ਹੁੰਦਾ ਜਦੋਂ ਮੈਂ ਦੇਖਦਾ ਕਿ ਕਈ ਚੰਗੇ ਵਿਸ਼ਵਾਸ ਵਾਲੇ ਵੀ ਜਿਹੜੇ ਪੋਲੀਟੀਕਲੀ ਖਾਲਿਸਤਾਨ ਨਾਲ ਜਾਂ ਸਿੱਖੀ ਡੈਸਟਨੀ ਨਾਲ ਯਕੀਨ ਰੱਖਦੇ ਨੇ, ਕੇਸਾਂ ਦੇ ਮਾਮਲੇ 'ਚ ਕੋਤਾਹੀ ਹੈ ਜਾਂ ਉਹਨਾਂ ਨੂੰ ਇਹ ਗੱਲ ਜਿਹੜੀ ਹੈ ਉਹ ਇੰਨੀ ਅਹਿਮ ਨਹੀਂ ਲੱਗਦੀ, ਜਾਂ ਬੇਸ਼ੱਕ ਉਹਨਾਂ 'ਚੋਂ ਕੁਛ ਨੇ ਜਿਹੜੇ ਇਹ ਕਹਿੰਦੇ ਨੇ ਕਿ ਜੀ ਅਸੀਂ ਸਾਡੇ 'ਤੇ ਕਿਰਪਾ ਹੋ ਜਾਏ। ਮੈਂ ਕਿਹਾ ਸਤਿਗੁਰੂ ਤਾਂ ਹਮੇਸ਼ਾ ਹੀ ਡੀਕ ਰਹੇ ਨੇ, ਹਮੇਸ਼ਾ ਹੀ ਇਹ ਸਿੱਖਾਂ ਦਾ ਵਿਸ਼ਵਾਸ ਰਿਹਾ ਕਿ ਦਸਵੇਂ ਪਾਤਸ਼ਾਹ ਡੀਕਦੇ ਨੇ ਕਿ ਭਾਈ ਮੇਰਾ ਸਿੱਖ ਕਦੋਂ ਮੇਰੇ ਵੱਲ। ਔਰ ਭਾਈ ਗੁਰਦਾਸ ਸਾਨੂੰ ਯਾਦ ਕਰਵਾਉਂਦੇ ਨੇ ਕਿ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ ਸਤਿਗੁਰ ਕੋਟ ਪੈਂਡਾ ਆਗੇ ਹੋਏ ਦੇਤ ਹੈ, ਕਿ ਜੇ ਤੁਸੀਂ ਗੁਰੂ ਦੀ ਸ਼ਰਨ ਵੱਲ ਇੱਕ ਕਦਮ ਤੁਰਦੇ ਹੋ ਤਾਂ ਸਤਿਗੁਰੂ ਕਰੋੜ ਕਦਮ ਅੱਗੇ ਹੋ ਕੇ ਲੈਣ ਆਉਂਦੇ ਨੇ। ਸੋ ਇਹ ਜਿਹੜਾ ਸਾਰਾ ਜਲਵਾ ਸੀ ਇਹ ਸਾਰੇ ਪੀਰੀਅਡ 'ਚ, ਔਰ ਮੈਂ ਸਮਝਦਾ ਵੀ ਖਾਲਸਾ ਆਪਣੇ ਆਪ ਦੇ ਵਿੱਚ ਹੀ ਇੱਕ ਮੁਅੱਜ਼ਜ਼ ਹੈ, ਮਿਰਾਕਲ ਹੈ, ਕ੍ਰਿਸ਼ਮ ਹੈ। ਔਰ ਮੈਂ ਜਦੋਂ ਇਸ ਕੈਪੀਟਲ ਹਿੱਲ ਵਾਲੇ ਜਿਹੜਾ ਮਾਰਚ ਸੀ ਖਾਲਸੇ ਦਾ ਸਿੱਖ ਡੇ ਪੈਰੇਡ ਦੂਸਰੀ ਜਿਸ ਉਹਦਾ ਨੂੰ ਅਨਾਊਂਸ ਕੀਤਾ ਗਿਆ ਸੀ, ਉਸ ਨੂੰ ਐਡਰੈਸ ਕੀਤਾ। ਬੇਸ਼ੱਕ ਬਹੁਤ ਸਾਰੇ ਮਹਿਮਾਨ ਆਏ ਹੋਏ ਸਨ, ਉਹਨਾਂ ਦਾ ਵਿੱਚ ਮੈਂਬਰ ਪਾਰਲੀਮੈਂਟ ਉੱਥੋਂ ਸਰੀ ਤੋਂ ਮਿਸਟਰ ਸਰਾਂ ਵੀ ਸਨ, ਹੋਰ ਵੀ ਬੜੇ ਅਹਿਮੀਅਤ ਵਾਲੇ ਸਨ। ਮੈਂ ਉਹ ਸਵਾਦ ਨਹੀਂ ਲੈਣਾ ਚਾਹੁੰਦਾ ਜਿਹੜਾ ਕਿ ਜਦੋਂ ਲਾਈਵ ਜਿਨ੍ਹਾਂ ਨੇ ਪਹਿਲਾਂ ਦੇਖਿਆ ਜਾਂ ਹੁਣ ਦੇਖਣਗੇ। ਸੋ ਉਹਦੇ 'ਚ ਵੀ ਬੇਸ਼ੱਕ ਪ੍ਰੈਜੈਂਟੇਸ਼ਨ ਬਰੀਫ ਸੀ, ਮੈਂ ਇਹੀ ਗੱਲ ਕਹੀ ਸੀ ਕਿ ਇਹ ਮੁਅੱਜ਼ਜ਼ੇ ਹੁੰਦੇ ਨੇ, ਇਹ ਸਿਆਸੀ ਮੁਅੱਜ਼ਜ਼ਾ ਸੀ ਅਮਰੀਕਾ ਦੇ ਵਿੱਚ ਕਿ 13 ਕੋਲੋਨੀਜ਼ ਦੇ ਨੁਮਾਇੰਦੇ ਫਿਲਾਡੈਲਫੀਆ 'ਚ ਇਕੱਠੇ ਹੋਏ ਔਰ ਉਹਨਾਂ ਨੇ ਐਲਾਨ ਕੀਤਾ ਕਿ ਵੀ ਅਸੀਂ ਆਜ਼ਾਦ ਹੋਣਾ। ਕੌਣ ਸੋਚ ਸਕਦਾ ਸੀ ਕਿ ਬ੍ਰਿਟਿਸ਼ ਇੰਪੀਰੀਅਲਿਜ਼ਮ ਇੰਨੀ ਪਾਵਰਫੁੱਲ ਤਾਕਤ ਦੇ ਸਾਹਮਣੇ ਇਹ 13 ਕੋਲੋਨੀਜ਼ ਖਲੋ ਸਕਣਗੀਆਂ, ਪਰ ਅਸੀਂ ਉਸੇ ਕੈਪੀਟਲ ਹਿੱਲ ਦੇ ਪੈਰਾਂ 'ਚ ਜਾ ਕੇ ਬੈਠੇ ਜਿੱਥੇ ਕਦੇ ਜੇ ਅਸੀਂ 1960ਵਿਆਂ ਦੀ ਗੱਲ ਕਰੀਏ ਲਗਭਗ 60-65 ਸਾਲ ਪਹਿਲਾਂ ਮਾਰਟਿਨ ਲੂਥਰ ਕਿੰਗ ਔਰ ਸਾਥੀਆਂ ਨੇ ਬਾਹਾਂ 'ਚ ਬਾਹਾਂ ਪਾ ਕੇ ਕਿਹਾ ਸੀ ਆਈ ਹੈਵ ਏ ਡਰੀਮ। ਹੁਣ ਉਹ ਡਰੀਮ ਕੀ ਸੀ ਕਿ ਕਦੇ ਸਾਨੂੰ ਵੀ ਬਰਾਬਰੀ ਮਿਲੇਗੀ, ਇੱਥੇ ਰੇਸਿਸਮ ਦੇ ਕਾਨੂੰਨ ਟੁੱਟਣਗੇ। ਔਰ ਉਹ ਡਰੀਮ ਦੀ ਇਕੱਲੀ ਫੁਲਫਿਲਮੈਂਟ ਨਹੀਂ ਹੋਈ,
ਅਸੀਂ ਦੇਖਦੇ ਹਾਂ ਕਿ ਕਿਵੇਂ ਕੁਛ ਦਹਾਕਿਆਂ ਬਾਅਦ ਪ੍ਰੈਜ਼ੀਡੈਂਟ ਬਰਾਕ ਓਬਾਮਾ ਜਿਹੜੇ ਅਫਰੀਕਨ ਅਮੈਰੀਕਨ ਮੂਲ ਦੇ ਸਨ ਉਹ ਵਾਈਟ ਹਾਊਸ ਦੇ ਵਿੱਚ ਪ੍ਰੈਜ਼ੀਡੈਂਟ ਬਣੇ। ਸੋ ਇੱਧਰ ਜਦੋਂ ਅਸੀਂ ਪੋਲੀਟੀਕਲ ਮੌਜ਼ਿਆਂ ਦੀ ਗੱਲ ਕਰਦੇ ਹਾਂ ਤਾਂ ਇਹ ਵੀ ਕਿੰਨਾ ਵੱਡਾ ਮੌਜ਼ਜ਼ ਹੈ, ਕਿੰਨੀ ਮਿਰੇਕਲ ਹੈ, ਕਿੰਨੀ ਵੱਡੀ ਕਰਾਮਾਤ ਹੈ ਕਿ 1699 'ਚੋਂ ਛੋਟੇ ਜਿਹੇ ਪਿੰਡ ਅਨੰਦਪੁਰ ਦੀ ਉਸ ਸ਼ਿਵਾਲਕ ਹਿਲਸ ਹਿਮਾਲਿਆ ਦੀਆਂ ਦੇ ਪੈਰਾਂ ਦੇ ਵਿੱਚ ਜਿਹੜੀਆਂ ਸ਼ਿਵਾਲਕ ਪਹਾੜੀਆਂ ਨੇ ਉਹਨਾਂ 'ਚੋਂ ਇਹ ਜਿਹੜਾ ਪੰਜ ਪਿਆਰਿਆਂ ਦੇ ਰੂਪ 'ਚ ਜਿਹੜਾ ਖਾਲਸਾ ਜਿਹਦੇ ਪਿੱਛੇ ਲਗਭਗ 230 ਸਾਲ ਦਾ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ਮਾਨ ਹੋਣ ਤੋਂ ਦਸਵੇਂ ਪਾਤਸ਼ਾਹ ਤੱਕ ਦਾ ਉਹ ਸਫ਼ਰ ਹੈ ਇਨਸਾਨ ਘੜਿਆ ਹੋਇਆ ਪਿਆਰੇ ਰੂਪ ਦੇ ਵਿੱਚ, ਉਹ ਕਿਵੇਂ ਜਿਵੇਂ ਮੈਂ 18ਵੀਂ ਸਦੀ ਦੀ ਗੱਲ ਕੀਤੀ ਜੇ 19ਵੀਂ ਸਦੀ 'ਚ ਕਰੀਏ ਬ੍ਰਿਟਿਸ਼ ਬਸਤੀਵਾਦ, ਅਸੀਂ ਅੱਧੀ ਸਦੀ ਜਿਹੜਾ 1799 ਤੋਂ 1849 ਤੱਕ ਸਰਕਾਰੇ ਖਾਲਸਾ ਦੀ ਆਮਦ ਰਹਿੰਦੀ ਹੈ, ਫਿਰ ਗੁਲਾਮੀ ਦਾ ਦੌਰ ਸ਼ੁਰੂ ਹੁੰਦਾ ਔਰ ਇੱਕ ਨਿੱਕੀ ਜਿਹੀ ਕੌਮ ਇੰਨਾ ਵੱਡਾ ਬ੍ਰਿਟਿਸ਼ ਬਸਤੀਵਾਦ ਜਿਹਦੇ ਰਾਜ 'ਚ ਕਦੇ ਸੂਰਜ ਨਹੀਂ ਸੀ ਛੁੱਪਦਾ, ਉਹਨਾਂ ਦੀਆਂ ਫਾਂਸੀਆਂ ਤੂਪਾਂ ਸਾਹਮਣੇ ਰੱਖ ਕੇ ਉਡਾਉਣਾ, ਕਾਲੇ ਪਾਣੀ ਦੀਆਂ ਜੇਲ੍ਹਾਂ ਔਰ ਦੂਜੇ ਤੀਜੇ, ਔਰ ਉਹੀ ਗੁਰੂ ਕਾ ਖਾਲਸਾ ਜਿਹੜਾ ਜੈਕਾਰੇ ਗਜਾਉਂਦਾ ਰਾਜ ਕਰੇਗਾ ਖਾਲਸਾ ਕਹਿੰਦਾ, ਚੜ੍ਹਦੀ ਕਲਾ ਦੇ ਵਿੱਚ ਫਾਂਸੀ ਦੇ ਰੱਸਿਆਂ 'ਤੇ ਝੂਲਦਾ, ਕੋਈ 18-19 ਸਾਲ ਦਾ ਗੱਭਰੂ ਕਰਤਾਰ ਸਿੰਘ ਸਰਾਭਾ ਹੈ, ਕੋਈ 21 ਬਾਈਆਂ ਦਾ ਭਗਤ ਸਿੰਘ ਹੈ, ਕਿਸ ਕਿਸਮ ਦਾ ਇਤਿਹਾਸ ਇਹ ਛੋਟੀ ਜਿਹੀ ਕੌਮ ਸਿਰਜਦੀ ਹੈ। ਅਤੇ ਫਿਰ ਅਸੀਂ ਆ ਕੇ 1947 'ਚ ਗਿਨਾਂ ਦੇ ਵੱਸ ਪੈ ਜਾਂਦੇ ਔਰ ਪਿਛਲੇ 70 ਸਾਲ 'ਚ ਜੇ ਅਸੀਂ ਇਸ ਪਿਛਲੇ 3 ਦੌਰ ਦੀ ਕੁਰਬਾਨੀਆਂ ਦੀ ਗੱਲ ਵੀ ਕਰੀਏ ਤਾਂ ਕਿਸੇ ਗੱਲੋਂ ਇਹ ਸਾਡੇ ਬੀਤੇ ਦੇ ਇਤਿਹਾਸ ਦੀਆਂ ਕੁਰਬਾਨੀਆਂ ਨਾਲੋਂ ਘੱਟ ਨਹੀਂ ਹੈ। ਫਿਰ ਸਾਬਤ ਕੀਤਾ ਹੈ ਗੁਰੂ ਕੇ ਖਾਲਸੇ ਨੇ ਕਿ ਗੁਰੂ ਦੀ ਕਲਾ ਵਾਪਰਦੀ ਹੈ ਔਰ ਗੁਰੂ ਜਿਹੜਾ ਜਿਸ ਦਾ ਇਕਰਾਰਨਾਮਾ ਖਾਲਸੇ ਦੇ ਵਿੱਚ ਹੋਣ ਦਾ ਹਮੇਸ਼ਾ ਹੀ ਹੈ। ਜਦੋਂ ਗੁਰੂ ਸਾਹਿਬ ਨੇ ਇਹ ਫਰਮਾਇਆ ਕਿ ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੋ ਪ੍ਰਾਣ ਕੋ ਪ੍ਰਾਣ, ਖਾਲਸਾ ਮੇਰੋ ਮੈਂ ਖਾਲਸੇ ਕਾ ਓਤ ਪੋਤ ਸਾਗਰ ਬੁੰਦੇਰੋ, ਅਤੇ ਜਿਵੇਂ ਸਮੁੰਦਰ ਦੇ ਵਿੱਚ ਪਾਣੀ ਦੀਆਂ ਬੂੰਦਾਂ ਇੱਕ ਦੂਸਰੇ 'ਚ ਓਤ ਪੋਤ ਨੇ, ਇਵੇਂ ਮੈਂ ਖਾਲਸੇ ਦੇ ਵਿੱਚ ਔਰ ਇਹ ਸਰਵਾਈਵਲ 3 ਸਦੀਆਂ ਦੀ। ਔਰ ਜਦੋਂ ਅਸੀਂ ਇਸ ਬੀਤੇ ਦਿਨਾਂ ਦੀ ਗੱਲ ਕਰ ਰਹੇ ਤਾਂ ਫਿਰ ਇੱਕ ਤੋਂ ਬਾਅਦ ਇੱਕ ਅਚੀਵਮੈਂਟ ਜਿਸ ਨੇ ਸਾਨੂੰ ਜਿਹੜਾ ਉਹ ਇਸ ਕਦਰ ਹੌਸਲਾ ਦਿੱਤਾ ਹੈ, ਉਹ ਬੇਸ਼ੱਕ ਜਿਵੇਂ ਮੈਂ ਹਾਊਸ ਰੈਜ਼ੋਲਿਊਸ਼ਨ 199 ਦੀ ਗੱਲ ਕੀਤੀ ਹੈ ਜਿਹਦੇ 'ਚ ਜਿਹੜਾ ਖਾਲਸੇ ਦੇ ਸਾਜਨਾ ਦਿਵਸ ਨੂੰ, ਸਿੱਖ ਨੈਸ਼ਨਲ ਡੇ ਪੈਰੇਡ ਨੂੰ ਜਿਹੜਾ ਉਹ ਰੈਕਗਨਾਈਜ਼ ਕੀਤਾ ਗਿਆ ਔਰ ਬਹੁਤ ਵੱਡੀ ਪ੍ਰਾਪਤੀ। ਫਿਰ ਅਸੀਂ ਪੋਲੀਟੀਕਲ ਅਰੀਨਾ ਦੇ ਵਿੱਚ ਹੋਰ ਕੈਨੇਡਾ 'ਚ ਦੇਖਦੇ ਹਾਂ ਜਦੋਂ ਓਨਟੇਰੀਓ ਦੀ ਸਟੇਟ ਲੈਜਿਸਲੇਸ਼ਨ ਦੇ ਤਿੰਨੋਂ ਹੀ ਪਾਰਟੀਆਂ NDP ਲਿਬਰਲ ਔਰ ਕੰਜ਼ਰਵੇਟਿਵ ਭਾਰਤੀ ਹਕੂਮਤ ਦੇ ਪੂਰੇ ਦਬਾਅ ਦੇ ਬਾਵਜੂਦ ਜਿਹੜਾ ਉਹ 1984 ਨੂੰ ਸਿੱਖ ਨਸਲਕੁਸ਼ੀ ਵਜੋਂ ਜਿਹੜਾ ਐਕਸੈਪਟ ਕਰਦੇ ਨੇ। ਫਿਰ ਜਿਹੜੀ ਹੈ ਸਟੇਟ ਆਫ ਐਲਬਰਟਾ ਨੇ ਅਪ੍ਰੈਲ ਦੇ ਮੰਥ ਨੂੰ ਜਿਹੜਾ ਖਾਲਸਾ ਹੈਰੀਟੇਜ ਮੰਥ, ਸਿੱਖ ਹੈਰੀਟੇਜ ਮੰਥ ਵਜੋਂ ਮਾਨਤਾ ਦਿੱਤੀ ਔਰ ਅੱਜ ਇਸ ਤੋਂ ਪਹਿਲਾਂ ਕਿ ਮੈਂ ਹੋਰ ਵੇਰਵੇ ਦੀ ਗੱਲ ਕਰਾਂ, ਅੱਜ ਦੀਆਂ ਖਬਰਾਂ ਦੇ ਵਿੱਚ ਜਿਹੜਾ ਕਿ ਬ੍ਰਿਟਿਸ਼ ਕੋਲੰਬੀਆ ਜਿੱਥੇ ਸਿੱਖ ਸਭ ਤੋਂ ਪਹਿਲਾਂ ਆਏ, ਕਾਮਾਗਾਟਾ ਮਾਰੂ ਜਿੱਥੇ ਲਗਭਗ 100 ਸਾਲ ਪਹਿਲਾਂ ਉਹਨਾਂ ਨੂੰ ਵਾਪਸ ਮੋੜ ਦਿੱਤਾ ਗਿਆ ਸੀ, ਕਿਸ ਕਿਸਮ ਦਾ ਉਹ ਸਾਰਾ ਜ਼ਾਲਮਾਨਾ ਅੰਦਾਜ਼ ਸੀ। ਔਰ ਬ੍ਰਿਟਿਸ਼ ਕੋਲੰਬੀਆ ਨੇ ਜਿਹੜਾ 20 ਅਪ੍ਰੈਲ ਦਾ ਮਹੀਨਾ ਜਿਹੜਾ ਉਸਨੂੰ ਸਿੱਖ ਹੈਰੀਟੇਜ ਮੰਥ ਐਲਾਨੇ ਔਰ ਉਹਨਾਂ ਦੇ ਜਿਹੜਾ ਲੈਫਟੀਨੈਂਟ ਗਵਰਨਰ ਔਰ ਅਟਾਰਨੀ ਜਨਰਲ ਐਂਡ ਮਿਨਿਸਟਰ ਆਫ ਜਸਟਿਸ ਦੇ ਦਸਤਖਤ ਔਰ ਸਟੈਂਪ ਦੇ ਥੱਲੇ ਕੈਨੇਡਾ ਪ੍ਰੋਵਿੰਸ ਆਫ ਬ੍ਰਿਟਿਸ਼ ਕੋਲੰਬੀਆ ਇਹ ਪ੍ਰੋਕਲੇਮੇਸ਼ਨ ਐਲਿਜ਼ਾਬੈਥ ਦਾ 2nd ਬਾਈ ਦਾ ਗ੍ਰੇਸ ਆਫ ਗੋਡ ਆਫ ਦਾ ਯੂਨਾਈਟਿਡ ਕਿੰਗਡਮ ਕੈਨੇਡਾ ਐਂਡ ਹਰ ਅਦਰ ਰੈਲਮਸ ਐਂਡ ਟੈਰੀਟਰੀਜ਼ ਕੁਈਨ
ਹੈਡ ਆਫ ਦਾ ਕਾਮਨਵੈਲਥ, ਡਿਫੈਂਡਰ ਆਫ ਦਾ ਫੇਥ, ਟੂ ਆਲ ਟੂ ਹੂਮ ਦੀਜ਼ ਪ੍ਰੈਜੈਂਟ ਸ਼ੈਲ ਕਮ ਗ੍ਰੀਟਿੰਗ। ਇਹ ਕਿਉਂਕਿ ਕੈਨੇਡਾ ਅਜੇ ਵੀ ਡੋਮੀਨੀਅਨ ਹੈ ਟੂ ਦਾ ਬ੍ਰਿਟਿਸ਼ ਕੁਈਨ, ਸੋ ਪਹਿਲਾਂ ਤਾਂ ਕੁਈਨ ਨੂੰ ਸਲਾਮਾਂ ਹੁੰਦੀਆਂ, ਉਹੀ ਡਿਫੈਂਡਰ ਆਫ ਦਾ ਫੇਥ ਯੇ ਵੋ। ਫਿਰ ਇਹਦੇ 'ਚ ਜਿਹੜੇ ਤਿੰਨ ਵੇਅਰ ਐਜ ਨੇ, ਜਦੋਂ ਕਿ ਵੇਅਰ ਐਜ ਫਾਰ ਓਵਰ 100 ਈਅਰਸ ਸਿੱਖ ਕੈਨੇਡੀਅਨਸ ਹੈਵ ਕਾਲਡ ਬ੍ਰਿਟਿਸ਼ ਕੋਲੰਬੀਆ ਹੋਮ, ਕਿ 100 ਸਾਲ ਤੋਂ ਜ਼ਿਆਦਾ ਸਮੇਂ ਤੋਂ ਸਿੱਖਾਂ ਨੇ ਇਸ ਨੂੰ ਆਪਣਾ ਕਰਕੇ। ਦੇ ਰਿਪ੍ਰੈਜੈਂਟ ਏ ਗਰੋਇੰਗ ਐਂਡ ਡਾਇਨਾਮਿਕ ਪਾਪੂਲੇਸ਼ਨ ਵਿੱਚ ਕੰਟੀਨਿਊਸ ਟੂ ਮੇਕ ਸਿਗਨੀਫਿਕੈਂਟ ਕੰਟਰੀਬਿਊਸ਼ਨਸ ਟੂ ਆਵਰ ਸ਼ੇਅਰਡ ਗਰੋਥ ਐਂਡ ਪ੍ਰੋਸਪੈਰਿਟੀ, ਕਿ ਉਹਨਾਂ ਨੇ ਜਿਹੜਾ ਆਪਣੀ ਡਾਇਨਾਮਿਕ, ਉਹਨਾਂ ਦੀ ਬੜੀ ਗਤੀਸ਼ੀਲ ਆਬਾਦੀ ਔਰ ਉਹਨਾਂ ਦੀ ਜਿਹੜੀ ਕੰਟਰੀਬਿਊਸ਼ਨ, ਉਹਨਾਂ ਦਾ ਯੋਗਦਾਨ ਹੈ, ਉਹਨਾਂ ਨੇ ਇਸ ਪ੍ਰੋਵਿੰਸ ਨੂੰ ਬਹੁਤ ਅਮੀਰ ਬਣਾਇਆ, ਖੁਸ਼ਹਾਲ ਬਣਾਇਆ। ਵੇਅਰ ਐਜ ਇਨ ਐਪ੍ਰਲ ਸਿਕਸ ਅਰਾਊਂਡ ਦਾ ਵਰਲਡ ਸੈਲੀਬ੍ਰੇਟ ਵਿਸਾਖੀ ਵਿੱਚ ਮਾਰਕਸ ਦਾ ਕ੍ਰੀਏਸ਼ਨ ਆਫ ਦਾ ਖਾਲਸਾ ਐਂਡ ਦਾ ਸਿੱਖ ਆਰਟੀਕਲਸ ਆਫ ਫੇਥ, ਜਦੋਂ ਕਿ ਸਿੱਖ ਅਪ੍ਰੈਲ ਦੇ ਵਿੱਚ ਜਿਹੜੇ ਨੇ ਵਿਸਾਖੀ ਮਨਾਉਂਦੇ ਨੇ, ਜਿਹੜਾ ਕਿ ਖਾਲਸੇ ਦੀ ਸਾਜਨਾ ਔਰ ਸਿੱਖ ਆਰਟੀਕਲਸ ਆਫ, ਇਹ ਬੜੀ ਇੰਪੋਰਟੈਂਟ ਗੱਲ ਹੈ ਕਿ ਪੰਜ ਕਕਾਰੀ ਜਿਹੜਾ ਵਜੂਦ ਹੈ ਸਾਡਾ ਉਹਨੂੰ ਸੈਲੀਬ੍ਰੇਟ ਕਰਦੇ। ਬ੍ਰਿਟਿਸ਼ ਕੋਲੰਬੀਆ ਇਜ਼ ਹੋਮ ਟੂ ਦਾ ਲਾਰਜੈਸਟ ਵਿਸਾਖੀ ਸੈਲੀਬ੍ਰੇਸ਼ਨਸ ਇਨ ਨੌਰਥ ਅਮੈਰੀਕਾ, ਕਿ ਅਸੀਂ ਜਿਹੜਾ ਸਾਡਾ ਇੱਕ ਬ੍ਰਿਟਿਸ਼ ਕੋਲੰਬੀਆ ਹੈ, ਇੱਥੇ ਸਭ ਤੋਂ ਵੱਡਾ ਜਿਹੜਾ ਉਹ ਸੈਲੀਬ੍ਰੇਸ਼ਨ, ਔਰ ਕੋਈ ਸ਼ੱਕ ਨਹੀਂ ਹੈ, ਪਿਛਲੀ ਵਾਰ ਸਰੀ ਦੇ ਵਿਸਾਖੀ ਨਗਰ ਕੀਰਤਨ ਦੇ ਉੱਤੇ 2.5 ਲੱਖ ਲੋਕ ਐਜ਼ ਪਰ ਪੁਲਿਸ ਰਿਪੋਰਟ ਜਹਾਜ਼ਾਂ ਦੇ ਨਾਲ ਜਿਹੜਾ ਉਹ ਸਪੇਸ ਮਿਲਦੇ ਨੇ, ਔਰ ਇਸ ਵਾਰ ਜਿਹੋ ਜਿਹਾ ਉਤਸ਼ਾਹ ਔਰ ਜਿਹੋ ਜਿਹਾ ਉਹ 3 ਲੱਖ ਨੂੰ ਕ੍ਰੋਸ ਕਰੇਗਾ, ਸੋ ਉਹਨਾਂ ਨੇ ਉਹਨੂੰ ਰੈਕਗਨਾਈਜ਼ ਕੀਤਾ ਕਿ ਵੀ ਅਸੀਂ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਸਾਡੇ ਇਹ ਗੈਦਰਿੰਗ ਹੁੰਦੀਆਂ ਨੇ। ਵੇਅਰ ਐਜ਼ ਬਾਈ ਪ੍ਰੋਕਲੇਮਿੰਗ ਦਾ ਮੰਥ ਆਫ ਐਪ੍ਰੈਲ ਐਜ਼ ਸਿੱਖ ਹੈਰੀਟੇਜ ਮੰਥ, ਦਾ ਪ੍ਰੋਵਿੰਸ ਆਫ ਬ੍ਰਿਟਿਸ਼ ਕੋਲੰਬੀਆ ਰੈਕਗਨਾਈਜ਼ਸ ਦਾ ਇੰਪੋਰਟੈਂਟ ਕੰਟਰੀਬਿਊਸ਼ਨਸ ਸਿੱਖ ਕੈਨੇਡੀਅਨਸ ਹੈਵ ਮੇਡ ਟੂ ਦਾ ਸੋਸ਼ਲ, ਇਕਨੋਮਿਕ, ਪੋਲੀਟੀਕਲ ਐਂਡ ਕਲਚਰਲ ਫੈਬਰਿਕ ਆਫ ਅਵਰ ਪ੍ਰੋਵਿੰਸ, ਕਿ ਅਸੀਂ ਇਸ ਮਹੀਨੇ ਨੂੰ ਰੈਕਗਨਾਈਜ਼ ਕਰਦੇ ਹਾਂ, ਸਿੱਖ ਕੈਨੇਡੀਅਨਸ ਨੇ ਸਮਾਜਿਕ, ਆਰਥਿਕ, ਸਿਆਸੀ ਔਰ ਤਹਿਜ਼ੀਬੀ ਸੱਭਿਆਚਾਰਕ ਪਾਰਟ ਜਿਹੜੀਆਂ ਕੰਟਰੀਬਿਊਸ਼ਨਸ ਨੇ ਉਹਨੂੰ ਅਸੀਂ ਰੈਕਗਨਾਈਜ਼ ਕਰਦੇ ਹਾਂ। ਸਿੱਖ ਹੈਰੀਟੇਜ ਮੰਥ ਇਜ਼ ਐਨ ਓਪਰਚੁਨਿਟੀ ਟੂ ਰਿਮੈਂਬਰ, ਸੈਲੀਬ੍ਰੇਟ ਐਂਡ ਐਜੂਕੇਟ ਫਿਊਚਰ ਜਨਰੇਸ਼ਨਸ ਅਬਾਊਟ ਦਾ ਇੰਪੋਰਟੈਂਟ ਰੋਲ ਦੈਟ ਸਿੱਖ ਕੈਨੇਡੀਅਨਸ ਹੈਵ ਪਲੇਡ ਐਂਡ ਕੰਟੀਨਿਊ ਟੂ ਪਲੇ ਇਨ ਕਮਿਊਨਿਟੀਜ਼ ਅਕਰੋਸ ਬ੍ਰਿਟਿਸ਼ ਕੋਲੰਬੀਆ। ਸੋ ਇਹ ਸਿੱਖ ਹੈਰੀਟੇਜ ਮੰਥ ਉਹ ਮੌਕਾ ਹੈ ਜਦੋਂ ਕਿ ਅਸੀਂ ਆਪਣੀਆਂ ਭਵਿੱਖ ਦੀਆਂ ਪੀੜ੍ਹੀਆਂ ਨੂੰ ਇਹ ਗੱਲ ਯਾਦ ਕਰਵਾਈਏ, ਦੱਸੀਏ ਔਰ ਇਹਨੂੰ ਸੈਲੀਬ੍ਰੇਟ ਕਰੀਏ ਕਿ ਵੀ ਸਿੱਖ ਕੈਨੇਡੀਅਨਸ ਨੇ ਕਿਵੇਂ ਇੱਕ ਰੋਲ ਪਲੇ ਕੀਤਾ ਕੈਨੇਡਾ ਦੀ, ਬ੍ਰਿਟਿਸ਼ ਕੋਲੰਬੀਆ ਦੀ ਪ੍ਰੋਗਰੈਸ 'ਚੋਂ ਲਗਾਤਾਰਤਾ ਨਾਲ ਉਹਨੂੰ ਪਲੇ ਕਰ ਰਹੇ ਨੇ। ਨਾਓ ਨੋ ਯੀ ਦੈਟ, ਹੁਣ ਇਹ ਉਹਨਾਂ ਦੀ ਟੈਕਨੀਕਲ ਪਾਰਟ ਹੈ, ਵੀ ਡੂ ਬਾਈ ਦੀਜ਼ ਪ੍ਰੈਜੈਂਟਸ ਪ੍ਰੋਕਲੇਮ ਐਂਡ ਡਿਕਲੇਅਰ April 2017 shall be known as Sikh Heritage Month. ਹੁਣ ਅਸੀਂ ਐਲਾਨ ਕਰਦੇ ਹਾਂ ਕਿ April 2017 ਜਿਹੜਾ ਇਹ ਸਿੱਖ ਹੈਰੀਟੇਜ ਮੰਥ ਦੇ ਤੌਰ 'ਤੇ ਜਾਣਿਆ ਜਾਏਗਾ। ਸੋ ਕੁੱਲ ਮਿਲਾ ਕੇ ਇੱਕ ਹੋਰ ਪ੍ਰਾਪਤੀ ਹੈ, ਔਰ ਕਿਉਂਕਿ ਅੱਜ ਇਹ ਸਾਡੇ ਕੋਲ ਇੰਨਾ ਕੁਛ ਡਿਸਕਸ ਕਰਨ ਲਈ ਹੈ ਔਰ ਖਾਸ ਤੌਰ 'ਤੇ ਓਨਟੇਰੀਓ ਸਟੇਟ ਲੈਜਿਸਲੇਸ਼ਨ ਦੇ ਮਤੇ ਤੋਂ ਬਾਅਦ ਭਾਰਤ ਦੇ ਵਿੱਚ ਕੀ ਰਿਐਕਸ਼ਨ ਉਹਨਾਂ ਦੇ ਰੂਲਰਸ ਨੇ ਕੀਤਾ, ਮੀਡੀਆ ਨੇ ਉਹਨੂੰ ਅਸੀਂ ਟੱਚ ਬੇਸ ਕੀਤਾ ਸੀ ਅਗਲੇ ਦਿਨ ਦੇ ਪ੍ਰੋਗਰਾਮ 'ਚ, ਲੇਕਿਨ ਇਹਨਾਂ ਇਹ ਸਾਰੇ ਇਸ਼ੂ ਦੀ ਇੰਪੋਰਟੈਂਸ ਨੂੰ ਸਮਝਦੇ ਹਾਂ ਔਰ ਇੰਨੀਆਂ ਪ੍ਰਾਪਤੀਆਂ ਜਿਹੜੀਆਂ ਖਬਰਾਂ ਇੰਨੇ ਥੋੜ੍ਹੇ ਸਮੇਂ 'ਚ ਸਿਮਟ ਗਈਆਂ ਨੇ,
ਉਹਨਾਂ ਦੇ ਉੱਤੇ ਅਸੀਂ ਡੀਟੇਲ ਡਿਸਕਸ਼ਨ ਕਰਨਾ ਚਾਹੁੰਦੇ ਹਾਂ। ਬਹੁਤ ਸਾਰੇ ਦਰਸ਼ਕਾਂ ਦਾ ਸੁਝਾਅ ਆਇਆ ਸੀ, ਉਹ ਇਹਦੇ ਬਾਰੇ ਪਾਰਟਿਸਿਪੇਟ ਵੀ ਕਰਨਾ ਚਾਹੁੰਦੇ ਸੀ ਗੱਲਬਾਤ 'ਚ। ਸੋ ਇਸ ਦੇ ਮੱਦੇਨਜ਼ਰ ਅਸੀਂ ਅੱਜ ਜਿਉਂ ਹੀ ਸਾਡਾ ਪ੍ਰੋਗਰਾਮ ਇਹ ਖਤਮ ਹੋਏਗਾ 9 ਵਜੇ, ਦਰਸ਼ਕ ਟਿਊਨ ਇਨ ਰਹਿਣ, ਕਿਉਂਕਿ ਕਈ ਵਾਰ 10-15 ਮਿੰਟ ਸੈਟਿੰਗ 'ਚ ਲੱਗ ਜਾਂਦੇ ਨੇ ਅੱਜ ਵਾਲੇ ਲਈ, ਕਿਉਂਕਿ ਅਸੀਂ ਰਾਤ ਸਵੇਰੇ ਹੀ 2 ਵਜੇ ਟਰੈਵਲ ਕਰਕੇ ਆਏ, ਤੁਸੀਂ ਵੀ ਸੀ, ਔਰ ਇਸ ਨੂੰ ਅਸੀਂ 9:15 ਵਜੇ ਦੇ ਕਰੀਬ ਅੱਜ ਫੁੱਲ ਅਮਰਵੀਰ ਸਿੰਘ ਹੋਰਾਂ ਦੇ ਨਾਲ ਘੰਟਾ, 1.25 ਘੰਟਾ, 1.5 ਘੰਟਾ, ਜਿਵੇਂ ਵੀ ਫੇਸਬੁੱਕ ਅਸੀਂ ਮੈਸੇਜਸ ਵੀ ਲਵਾਂਗੇ ਔਰ ਇਸ ਡਿਸਕਸ਼ਨ ਨੂੰ ਅਸੀਂ ਕਰਾਂਗੇ। ਔਰ ਉਹਦੇ 'ਚ ਫਿਰ ਇਹ ਜਿਹੜੇ 3-4 ਟੋਪਿਕ ਨੇ ਉਹਨਾਂ ਦੀ ਫਰਦਰ ਜਿਹੜੀ ਹੈ ਉਹ ਡਾਈਸੈਕਸ਼ਨ ਹੋਏਗੀ। ਔਰ ਅਸੀਂ ਇਹ ਵੀ ਦੱਸ ਦਈਏ ਕਿ ਫੇਸਬੁੱਕ ਦੇ ਉੱਤੇ ਬਹੁਤ ਸਾਰਿਆਂ ਨੇ ਔਰ ਆਲਮੋਸਟ ਦੋਨੋ ਸੈਗਮੈਂਟਸ ਨੂੰ ਮਿਲਾ ਕੇ ਜਿਹੜਾ ਉਸ 70,000 ਤੋਂ ਜ਼ਿਆਦਾ ਜਿਹੜੇ ਵਿਊਅਰਸ ਨੇ ਉਹਨੂੰ ਦੇਖਿਆ, 8-10 ਡਿਫਰੈਂਟ ਗੈਜਟਸ ਦੇ ਉੱਤੇ ਵੀ ਔਰ ਬਾਕੀ ਵੀ ਹਰ ਚੀਜ਼ ਜਿਹੜੀ ਹੈ ਉਸਨੂੰ ਹੁੰਗਾਰ ਹੈ। ਪਰ ਇਸ ਗੱਲ ਨੂੰ ਸਮਝਦੇ ਹਾਂ ਵੀ ਕਈ ਵਾਰ ਜਦੋਂ ਅਸੀਂ ਉੱਥੋਂ ਕਰਦੇ ਹਾਂ, ਕਈ ਵਾਰ ਥੋੜ੍ਹੀ ਬਹੁਤ ਇੰਟਰਪਸ਼ਨ ਵੀ ਹੁੰਦੀ ਹੈ, ਕਈ ਵਾਰ ਤੁਹਾਡੀ ਸਾਊਂਡ ਔਰ ਇਮੇਜ ਦੇ ਵਿੱਚ, ਇਹ ਟੈਕਨੀਕੈਲਿਟੀ ਹੈ ਵੈਸੇ ਵੀ, ਅਤੇ ਇਸ ਗੱਲ ਦੇ ਮੱਦੇਨਜ਼ਰ ਸਾਡੀ ਟੈਕਨੀਕਲ ਟੀਮ, ਜਿਨ੍ਹਾਂ ਨੇ ਇਸ ਗੱਲ ਨੂੰ ਵੀ ਬੜਾ ਯਕੀਨੀ ਬਣਾਇਆ ਕਿ ਉਸ ਨੂੰ ਉੱਥੋਂ ਲਾਈਵ ਬ੍ਰੌਡਕਾਸਟ ਕਰ ਸਕਣ, ਔਰ ਹੋਇਆ ਬੜਾ ਸਕਸੈਸਫੁਲੀ। TV84 ਇਕਲੌਤਾ ਚੈਨਲ ਸੀ ਜਿਹਨੇ ਉਹਨੂੰ ਫੁੱਲ ਕਵਰ ਕੀਤਾ। ਇਸ ਗੱਲ ਨੂੰ ਦਰਸ਼ਕਾਂ ਨੇ ਤਾਂ ਸਰਾਇਆ ਹੀ ਹੈ, ਮੈਨੇਜਮੈਂਟ ਨੇ ਵੀ, ਔਰ ਅਸੀਂ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਔਰ ਉਹਨਾਂ ਦੇ ਕਨਵੀਨਰ ਖਾਸ ਤੌਰ 'ਤੇ ਹਿੰਮਤ ਸਿੰਘ, ਉਹਨਾਂ ਨੂੰ ਮੈਂ ਕਹਿੰਦਾ ਹੁੰਦਾ ਜੀ ਤੁਹਾਡੇ, ਤੁਸੀਂ ਆਪਣੇ ਨਾਂ ਦੇ ਨਾਲ ਇਨਸਾਫ ਕਰਦੇ ਹੋ, ਹਿੰਮਤ ਰੱਖੀਏ, ਉਹਨਾਂ ਦੇ ਐਫਰਟ ਔਰ ਓਵਰਆਲ ਸਿੱਖ ਕੋਆਰਡੀਨੇਸ਼ਨ ਕਮੇਟੀ ਔਰ ਉਹ ਸਾਰੇ ਹੀ ਅਮੈਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਅਮੈਰੀਕਨ ਜਿਹੜਾ ਸਿੱਖ ਕੰਗਰੈਸ਼ਨਲ ਕੌਕਸ ਔਰ ਫਰੈਂਡਸ ਆਫ ਅਮੈਰੀਕਨ ਸਿੱਖ ਕੌਕਸ, ਉਹਨਾਂ 'ਚ ਖਾਸ ਤੌਰ 'ਤੇ ਹਰਪ੍ਰੀਤ ਸਿੰਘ ਸੰਧੂ, ਮੈਂ ਜਿਵੇਂ ਉਹਨਾਂ ਨੂੰ ਵਰਕ ਕਰਦਾ ਦੇਖਿਆ, ਔਰ ਖਾਸ ਤੌਰ 'ਤੇ ਫਿਰ ਜਿਹੜਾ ਯੂਥ ਇਨਵੋਲਵ ਹੋਇਆ, ਉਹਨਾਂ ਸਾਰਿਆਂ ਨੇ ਇਹਦੇ 'ਚ ਕਿਹਦਾ ਕਿਹਦਾ ਨਾਂ ਲਈਏ, ਔਰ ਉਹਨਾਂ ਨੇ ਵਡਿਆਇਆ TV84 ਨੂੰ ਸਟੇਜ ਤੋਂ ਵੀ ਵਾਰ ਵਾਰ, ਔਰ ਤੁਹਾਡੀ ਤਾਂ ਫੋਟੋ ਵੀ ਲੱਥੀ ਹੈ, ਮੈਨੂੰ ਨਹੀਂ ਆਵਾਜ਼ ਮਾਰੀ ਕਿਸੇ ਨੇ। ਸੋ ਇਹ ਸਾਰੇ ਦਾ ਜਿਹੜਾ ਅਸੀਂ ਔਰ ਟੈਕਨੀਕਲ ਟੀਮ ਸਾਡੀ, ਜਿਹਨਾਂ ਨੇ ਉਦੋਂ ਵੀ ਔਰ ਪੂਰੀ ਮਿਹਨਤ ਦੇ ਨਾਲ ਉਸ ਨੂੰ ਐਡਿਟ ਕਰ ਰਹੇ ਨੇ। ਕੱਲ੍ਹ ਅਸੀਂ ਜਿਹੜਾ 8 ਤੋਂ 9 ਇਸ ਪ੍ਰੋਗਰਾਮ ਤੋਂ ਬਾਅਦ ਸਾਰੀ ਦੀ ਸਾਰੀ ਪੈਰੇਡ, ਉਹ 3 ਘੰਟੇ ਤੋਂ ਜ਼ਿਆਦਾ ਵੀ ਹੋ ਸਕਦੀ ਹੈ, ਸੋ ਉਹ ਸਾਰਿਆਂ ਨੂੰ ਉਹ ਦੁਬਾਰਾ ਇੰਜੋਏ ਕਰ ਸਕਣਗੇ। ਸੋ ਅੱਜ ਵੀ ਤੁਸੀਂ ਜ਼ਰਾ ਆਫ ਦਾ ਨਾ ਹੋਣਾ ਆਪਣੇ ਗੈਜਟ ਤੋਂ, ਔਰ ਤੁਸੀਂ ਇੰਟਰਸਟਿੰਗ ਜਿਹੜੀ ਡਿਬੇਟ ਹੋਏਗੀ, ਡਿਸਕਸ਼ਨ ਰਾਦਰ ਨਾਟ ਡਿਬੇਟ, ਉਸ ਦੇ ਵਿੱਚ ਜ਼ਰੂਰ ਪਾਰਟਿਸਿਪੇਟ ਕਰਨਾ ਜੀ। ਰਾਜ ਸਾਹਿਬ ਇੱਥੇ ਲੈਣਾ ਬ੍ਰੇਕ, ਵਿਊਅਰਸ ਦੱਸਣਾ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।